ਖਾਣੇ ਵਿੱਚ ਰਾਜੀਨਾਮਾ ਕਰਾਉਣ ਗਏ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਅਤੇ ਐਸਐਚਓ ਸਿਟੀ ਦੀ ਹੋਈ ਬਹਿਸ ਵਿਧਾਇਕ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਗੁਰਦਾਸਪੁਰ ਵਿਧਾਇਕ ਬ੍ਰਿੰਦਰਮੇ ਸਿੰਘ ਪਾੜਾ ਅਤੇ ਸਮਰਥਕਾਂ ਸਮੇਤ ਥਾਣੇ ਦੇ ਮੂਹਰੇ ਧਰਨੇ ਤੇ ਬੈਠ ਗਏ ਵਿਧਾਇਕ ਦਾ ਦੋਸ਼ ਹੈ ਕਿ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗਰਮੀਤ ਸਿੰਘ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ ਜਦੋਂ ਉਹ ਇੱਕ ਮਾਮਲੇ ਵਿੱਚ ਦੋਹਾਂ ਪਾਰਟੀਆਂ ਨੂੰ ਬੁਲਾ ਉਹਨਾਂ ਦਾ ਰਾਈਨਾਮਾ ਕਰਾਉਣ ਦੀ ਗੱਲ ਕਰ ਰਹੇ ਸਨ ਤਾਂ ਵਿਧਾਇਕ ਪਾੜਾ ਤੇ ਐਸ ਐਚ ਓ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਵਿਧਾਇਕ ਪਾੜਾ ਨੇ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਬਾਹਰ ਤਰਨਾਉ ਦੇ ਹਦਤਾਂ ਅਤੇ ਐਸ ਐਚਓ ਉੱਪਰ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਦੇ આરોਪ ਲਗਾਏ ਨੇ ਪਿਛਲੇ 9 ਮਹੀਨਿਆਂ ਤੋਂ ਜਦੋਂ ਦੀ ਇਹ ਸਰਕਾਰ ਬਦਲੀ ਆ ਮੈਂ ਇੱਥੋਂ ਦਾ ਐਮਐਲਏ ਮੌਜੂਦਾ ਦੋਵਾਰ ਦਾ ਐਮਐਲਏ ਆ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਔਰ ਇਹ ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਐਸ ਐਚਓ ਸਿਟੀ ਗੁਰਮੀਤ ਸਿੰਘ ਇੱਥੇ ਲੱਗਿਆ ਇਹ ਜਿਹੜਾ ਵੀ ਮੇਰਾ ਐਮਸੀ ਕਿਸੇ ਦੇ ਘਰੇ ਰਾਜੀਨਾਵਾ ਕਰਾਉਣ ਜਾਂਦਾ ਜਾਂ ਕੋਈ ਫੈਸਲਾ ਕਰਾਉਣ ਜਾਂਦਾ ਉਲਟਾ ਉਹਨੂੰ ਕਹਿ ਦਿੰਦਾ ਘਰ ਵਾਲਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਕਿ ਤੁਸੀਂ ਇਹਦਾ ਨਾਮ ਲਾ ਦਿਓ ਇਹਦੇ ਤੇ 307 ਲਾ ਦਿਓ ਜੀ ਇਹਨੇ ਘਰ ਰਾਈ ਦਾਵਾ ਕਰਾਉਣ ਦੀ ਪਿਆ ਉਹਨਾਂ ਨੂੰ ਥ੍ਰੈਟ ਕੀਤਾ ਕਿਸੇ ਐਮਸੀਲ ਨੂੰ ਕਹਿਨਦੇ ਤੇ ਚੈਨੀ ਚੋਰੀ ਦਾ ਪਰਚਾ ਦੇ ਦਿਓ ਮੈਂ ਪਿਛਲੇ 8-9 ਮਹੀਨਿਆਂ ਤੋਂ ਐਸਐਸਪੀ ਸਾਹਿਬ ਜਿਹੜੇ ਮੌਜੂਦਾ ਉਹਨਾਂ ਨੂੰ ਵੀ ਦੱਸੀ ਆ ਗੱਲ ਐਸਐਸਪੀ ਸਾਹਿਬ ਨੇ ਇਸ ਗੱਲ 'ਚ ਇੰਟਰਵੈਨ ਕਰਕੇ ਪਿੱਛੇ ਨਕੁਲ ਮਹਾਜਨ ਤੇ ਚੈਨੀ ਚੋਰੀ ਦਾ ਪਰਚਾ ਦੇਣ ਲੱਗਾ ਜੀ ਤੁਸੀਂ ਸਾਰੇ ਜਾਣਦੇ ਜੇ ਕਿ ਉਹ ਕਿਸ ਪਰਿਵਾਰ 'ਚੋਂ ਆ ਤੇ ਉਹ ਉਹ ਉਹਦੇ ਤੇ ਕਹਿੰਦਾ ਸੀ ਚੈਨੀ ਚੋਰੀ ਦਾ ਪਰਚਾ ਦੇਣਾ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਉਹਨਾਂ ਡੀਐਸਪੀ ਸਿਟੀ ਨੂੰ ਡਿਊਟੀ ਲਾਈ ਵੈਰੀਫਾਈ ਕਰਾਇਆ ਔਰ ਉਹ ਪਰਚਾ ਜਿਹੜਾ ਨਹੀਂ ਕੀਤਾ ਗਿਆ ਕਿ ਇਹ ਗਲਤ ਕਰਾ ਰਿਆ ਸੀ ਐਸਐਚਓ ਮੈਂ ਉਦੋਂ ਵੀ ਚੁੱਪ ਰਿਆ ਉਸ ਤੋਂ ਬਾਅਦ ਲਗਾਤਾਰ ਕੰਟੀਨਿਊਸਲੀ ਐਸਐਚਓ ਜਿਹੜਾ ਹੈ ਅਲੋਕਾ ਐਸਐਚਓ ਲੱਗ ਗਿਆ ਸੋ ਇਸ ਕਰਕੇ ਅੱਜ ਫੇਰ ਰਾਤ 크ਿਸਮਸ ਦਾ ਫੰਕਸ਼ਨ ਸੀਗਾ ਪੰਮੀ ਜਿਹੜਾ ਗੁਰਦਾਸਪੁਰ ਤੋਂ ਇਹਨਾਂ ਨੇ ਮੈਨੂੰ ਚੀਫ ਗੈਸ ਸੱਦਿਆ ਸੀਗਾ ਔਰ ਕਮੇਟੀ ਘਰ ਦਾ ਮੁਲਾਜ਼ਮ ਵੀ ਆ ਔਰ ਉਹਨਾਂ ਨੇ ਮੈਨੂੰ ਚੀਫ ਗੈਸ ਸੱਦਿਆ ਰਾਤ 1 ਵਜੇ ਕੇ 10 ਮਿੰਟ ਤੱਕ ਮੈਂ ਉਸ ਫੰਕਸ਼ਨ ਚ ਰਿਆਂ ਜਿਹਦੇ ਚ ਮੇਰੇ ਨਾਲ ਸ਼ਹਿਰ ਦੇ ਹੋਰ ਵੀ ਮੋਤਵਾਰ ਬੰਦੇ ਉੱਥੋਂ ਦਾ ਐਮਸੀ ਸਾਰੇ ਸੀਗੇ ਔਰ ਉਹਨੇ ਬੜਾ ਵਿਚਾਰੇ ਨੇ ਤਰੀਕੇ ਦੇ ਨਾਲ ਉਹ ਹਰ ਸਾਲ ਆਰਗੇਨਾਈਜ਼ ਕਰਦਾ ਮੈਨੂੰ ਉਹ ਹਰ ਸਾਲ ਸੱਦਾ ਔਰ ਤਕਰੀਬਨ 6-7 ਹੋਰ ਵੀ ਫੰਕਸ਼ਨਾਂ ਚ ਮੈਂ 크ਿਸਮਸ ਦੇ ਚ ਗਿਆ ਪ੍ਰੋਬਲਮ ਇੱਥੋਂ ਆ ਕਿ ਮੌਜੂਦਾ ਜਿਹੜਾ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਆ ਇਹਨੂੰ ਲੋਕ ਕਿਉਂ ਸੱਦਦੇ ਆ ਔਰ ਜਿਹੜਾ ਹਾਰਿਆ ਹੋਇਆ ਬੰਦਾ ਆ ਮੈਂ ਉਹਦਾ ਨਾਂ ਤੇ ਲੈਂਦਾ ਨਹੀਂ ਹੁੰਦਾ ਉਹ ਐਸ ਸੈਚੂ ਸਿਟੀ ਨੂੰ ਪੂਰਾ ਵਰਤ ਰਿਆ ਉਹ ਲੋਕਾਂ ਨੂੰ ਥ੍ਰੈਟ ਕਰ ਰਿਹਾ ਕਿ ਇਹ ਕਿਸੇ ਤਰ੍ਹਾਂ ਪਾੜੇ ਨੂੰ ਲੋਕ ਸਦਨੋਂ ਹਟ ਜਾਣ ਪਾੜਾ ਜੇ ਪਾੜੇ ਨੂੰ ਲੋਕ ਸਾਦੇ ਆ ਤੇ ਪਾੜਾ ਆਉਂਦਾ ਆ ਜੇ ਕਿਸੇ ਲੋਕਾਂ ਦੇ ਕਿਤੇ ਕੰਡਾ ਵੀ ਚੁਬੂਗਾ ਤੇ ਪਾੜਾ ਇੱਥੇ 5 ਸਾਲ ਇਹ ਸੜਕ ਤੇ ਬੈਠਾ ਰਹੂ ਆਪਣੇ ਵਰਕਰ ਪਿੱਛੇ ਇਹ ਗੱਲ ਯਾਦ ਰੱਖਿਓ ਮੈਂ ਮੈਂ ਜਿੰਦਾਬਾਦ ਮਜੀਦ ਪ੍ਰਧਾਨ ਜਿੰਦਾਬਾਦ ਮੈਂ ਇਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਵਾਰ-ਵਾਰ ਇਹ ਗੱਲ ਕਹੀ ਆ ਕਿ ਤੁਸੀਂ ਵਧੀਆ ਅਫਸਰ ਹੋ ਪਰ ਤੁਹਾਡੇ ਐਸਐਚਓ ਤਿੰਨੇ ਥਾਣੇ ਮੇਰੇ ਪੈਂਦੇ ਆ ਮੈਂ ਪਿਛਲੇ 3 ਮਹੀਨਿਆਂ ਤੋਂ ਤਿੰਨ ਐਸਐਚਓ ਨੂੰ ਤਕਰੀਬਨ ਬਿਲਕੁਲ ਹੀ ਫੋਨ ਕਰਨਾ ਬੰਦ ਕਰਤਾ ਕਿਉਂਕਿ ਇਹਨਾਂ ਨੇ ਕੰਮ ਰੱਖਿਆ ਹੋਇਆ ਸੀਗਾ ਧੱਕਾ ਕਰਨਾ ਔਰ ਮੈਂ ਇਸ ਗੱਲ ਦੇ ਉੱਤੇ ਵਾਰ-ਵਾਰ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਕਿ ਐਸਐਸਪੀ ਸਾਹਿਬ ਮਾਹੌਲ ਨਾ ਵਿਗਾੜੀਏ ਮੈਂ 9 ਮਹੀਨੇ ਚੁੱਪ ਰਿਆ ਆ ਠੀਕ ਆ ਸਰਕਾਰਾਂ ਬਦਲਦੀਆਂ ਇਹ ਕਰਦੇ ਆ ਇਹ ਕਰ ਰਿਹਾ ਆ ਕਰ ਲੈ ਦੇ ਇਹਨੂੰ ਪਰ ਕਿਤੇ ਇਹ ਨਾ ਹੋਵੇ ਕਿਤੇ ਆ ਕੇ ਜਿਆਦਾ ਕਲੈਸ਼ ਹੋ ਜੇ ਤੇ ਮੈਨੂੰ ਕੋਈ ਔਖਾ ਸਟੈਪ ਚੱਕਣਾ ਪਏ ਔਰ ਅੱਜ ਪੰਮੀ ਜਿਓ ਜਿੰਨੇ ਮੈਨੂੰ ਰਾਤ ਸੱਧਿਆ ਇਹਨੂੰ ਇਹਦੇ ਉੱਤੇ ਦਰਖਾਸਤ ਕਿਸੇ ਲੇਡੀ ਨੇ ਦਿੱਤੀ ਜੀ ਰਾਤੀ ਦਾ ਜਦੋਂ ਫੰਕਸ਼ਨ ਖਤਮ ਹੋਇਆ ਇਹਨੇ ਮਰੇ ਚਪੇੜਾ ਮਾਰਤੀਆਂ ਕਿਸੇ ਸ਼ਹਿਰ ਦੇ ਬੰਦੇ ਤੋਂ ਵੈਰੀਫਾਈ ਕਰਾ ਲਓ ਕਿ ਪੰਮੀ ਜਿਹੜਾ ਆ ਇਹ ਇਦਾਂ ਦਾ ਬੰਦਾ ਹੈਗਾ ਇਹ ਤੇ ਕਿਸੇ ਨਾਲ ਵਾਧੂ ਉਹਦੀ ਹੋਏ ਕਹਿ ਕੇ ਵੀ ਨਹੀਂ ਬੋਲਿਆ ਔਰ ਉਹ ਜਾ ਕੇ ਤੇ ਇੱਥੇ ਦਰਖਾਸਤ ਲੈ ਲਈ ਦਰਖਾਸਤ ਲਿਆ ਕੇ ਇਹ ਇਹਨਾਂ ਨੇ ਇਹਨੂੰ ਸੱਦਿਆ ਤੇ ਇਹ ਮੇਰੇ ਕੋਲ ਆ ਗਿਆ ਪੰਮੀ ਮੈਂ ਐਸਐਸਪੀ ਸਾਹਿਬ ਦੇ ਧਿਆਨ ਚ ਗੱਲ ਲਿਆ ਤੇ ਉਹ ਕਹਿੰਦੇ ਮੈਂ ਕਿਤੇ ਸੀਨੀਅਰ ਅਫਸਰ ਦੀ ਡਿਊਟੀ ਲਾ ਕੇ ਵੈਰੀਫਾਈ ਕਰਾ ਲੈਣਾ ਇਹਨੂੰ ਬਿਟਵੀਨ ਪੁਲਿਸ ਦੀ ਗੱਡੀ ਭਰ ਕੇ ਐਸਐਚਓ ਸਿਟੀ ਆਪ ਵੀ ਮੌਕੇ ਤੇ ਦੇ ਉਹਦੇ ਜਾ ਕੇ ਘਰੇ ਪੈ ਗਿਆ ਵੀ ਚਲੋ ਥਾਣੇ ਚੁੱਕ ਕੇ ਖੜਨਾ ਤੈਨੂੰ ਯਾਰ ਇਹ ਕੋਈ ਗੁੰਡਾ ਕਰਦੀ ਆ ਇਹ ਬਦਲਾ ਦੀ ਸਰਕਾਰ ਆ ਕਿ ਜਿਹੜਾ ਆਮ ਬੰਦਾ ਜੇ ਉਸ ਕਿਸੇ ਨੂੰ ਸਾਦਾ ਆ ਤੇ ਉਹਨੂੰ ਥ੍ਰੈਟ ਕਰਕੇ ਉੱਥੇ ਤੁਸੀਂ ਫੋਰਸ ਲੈ ਜੋ ਉਹ ਕੋਈ ਅਤਵਾਦੀ ਸੀਗਾ ਵੀ ਜਿੰਨੂੰ ਤੁਸੀਂ ਫੋਰਸੇ ਗੱਡੀਆਂ ਲੈ ਕੇ ਤੇ ਲੈਣ ਚੱਲ ਗਏ ਹੋ ਸੋ ਇਸ ਕਰਕੇ ਮੈਂ ਇਸ ਗੱਲ ਦੀ ਅੱਜ ਪੂਰਨ ਖੇਦੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਬਦਲਾ ਦੇ ਨਾਂ ਤੇ ਸਰਕਾਰ ਬਣਾਈ ਸੀ ਇਹੋ ਜੇ ਐਸਐਚਓ ਨੂੰ ਨੱਥ ਪਾ ਲੈਣ ਨਹੀਂ ਤੇ ਇਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਰਿਹਾ ਤੇ ਜਲਦੀ ਇਹ ਸਰਕਾਰ ਨੂੰ ਆਪ ਦਾ ਜਿਹੜਾ ਸਿਸਟਮ ਖਰਾਬ ਹੁੰਦਾ ਜਿਹੜਾ ਲੱਭ ਜਾਣਾ ਜਲਦੀ ਬਹੁਤ ਇਸ ਐਸਐਚਓ ਨੂੰ ਨੱਥ ਪਾ ਲੈਣ ਔਰ ਪੁਲਿਸ ਪ੍ਰਸ਼ਾਸਨ ਨੂੰ ਨੱਥ ਪਾ ਲੈਣ ਇੱਥੇ ਧੱਕਾਸ਼ਾਹੀ ਨਾ ਤੇ ਚੱਲਣੀ ਆ ਤੇ ਨਾ ਮੈਂ ਕਰਨ ਦੇਣੀ ਆ ਔਰ ਇਸ ਕਰਕੇ ਮੈਂ ਫੇਰ ਇਹ ਗੱਲ ਕਹਿਣਾ ਕਿ ਅੱਜ ਜੇ ਇੱਥੇ ਧਰਨੇ ਤੇ ਮੈਂ ਬੈਠਾ ਆ ਇਹ ਬਹੁਤ ਕੁਝ بار-ਬਾਰ ਐਸਐਸਪੀ ਸਾਹਿਬ ਸਾਰੇ ਇਹਨਾਂ ਦੇ ਅਫਸਰਾਂ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਆ ਜੇ ਸਟੈਪ ਚੱਕਣਾ ਪਿਆ ਔਰ ਨਾਲ ਹੀ ਜਿਹੜੇ ਸੜਕ ਦੇ ਰਾਹ ਗੀਰਾ ਮੈਂ ਉਹਨਾਂ ਤੋਂ ਵੀ ਮਾਫੀ ਮੰਗਣਾ ਕਿ ਕਿਸੇ ਗਰੀਬ ਤੇ ਜਦੋਂ ਤੱਕਾ ਹੋਵੇ ਤੇ ਪ੍ਰੋਬਲਮ ਜਿਹੜੀ ਆ ਜਿਹੜੇ ਟਰੈਫਿਕ ਜਿਹੜੀ ਆ ਉਹਨੂੰ ਪ੍ਰੋਬਲਮ ਆਉਂਦੀ ਉਸ ਗੱਲ ਦੀ ਮੈਂ ਖਿਮਾ ਮੰਗਦਾ ਕਿਉਂਕਿ ਮੈਂ ਕਿਸੇ ਗਰੀਬ ਦੇ ਕਾਰਨ ਮੈਨੂੰ ਇਹ ਸਟੈਪ ਚੁੱਕਣਾ ਪਿਆ ਆ ਮੈਨੂੰ ਕੋਈ ਸ਼ੌਂਕ ਨਹੀਂ ਸੀ ਕਿ ਇਸ ਠੰਡ 'ਚ ਅਸੀਂ ਇੱਥੇ ਬੈਠੀਏ ਔਰ ਟ੍ਰੈਫਿਕ ਨੂੰ ਖਰਾਬ ਕਰੀਏ ਔਰ ਇੱਕੋ ਪ੍ਰਸ਼ਾਸਨ ਨੂੰ ਫੇਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਤੱਕਾ ਨਾ ਚੱਲਣਾ ਨਾ ਮੈਂ ਚੱਲਣ ਦੇਣਾ ਇਹ ਐਸਐਚਓ ਨੂੰ ਜਦੋਂ ਹੁਣ ਅਸੀਂ ਅੰਦਰ ਬੈਠੇ ਆ ਮੈਂ ਮੌਕੇ ਤੇ ਉਸ ਬੰਦੇ ਨੂੰ ਪੰਮੀ ਨੂੰ ਠਾਣੇ ਲੈ ਕੇ ਆਇਆ ਜੀ ਐਸਪੀ ਸਿਟੀ ਵੀ ਮੌਕੇ ਤੇ ਆਏ ਆ ਕਿ ਮੈਂ ਕਿਹਾ ਦੂਜੀ ਪਾਰਟੀ ਵੀ ਸੱਧੋ ਇਹਨਾਂ ਨੂੰ ਸਾਹਮਣੇ ਕਰੀਏ ਸਚਾਈ ਦਾ ਤੇ ਪਤਾ ਲੱਗੇ ਕਿਉਂਕਿ ਮੈਨੂੰ ਪਤਾ ਸੀ ਝੂਠ ਆ ਪਰ ਉਹ ਜਦੋਂ ਡੀਐਸਪੀ ਸਾਹਿਬ ਅੰਦਰੋਂ ਕਮਰੇ 'ਚੋਂ ਫੋਨ ਆਇਆ ਬਾਹਰ ਹੋਏ ਐਸਐਚਓ ਸਾ ਹੋਰ ਟੰਗ ਨਾਲ ਗੱਲ ਕਰਨ ਲੱਗੇ ਉਹਨਾਂ ਦਾ ਮਤਲਬ ਦਿਮਾਗ ਹੀ ਬੜਾ ਹਾਈਟ ਚ ਉਹ ਆਪਣੇ ਆਪ ਨੂੰ ਐਸਐਸਪੀ ਤੋਂ ਵੀ ਉੱਪਰ ਸਮਝਦੇ ਆ ਮੈਨੂੰ ਲੱਗਦਾ ਵੀ ਹੈ ਕਿ ਐਸਐਸਪੀ ਸਾਹਿਬ ਤੋਂ ਉੱਪਰ ਆ ਕਿਉਂਕਿ ਐਸਐਸਪੀ ਸਾਹਿਬ ਨੂੰ ਬਾਰ ਬਾਰ ਇਹ ਗੱਲ ਦੱਸੀ ਗਈ ਆ ਕਿ ਤੁਹਾਡਾ ਐਸਐਚਓ ਬਹੁਤ ਖਰਾਬ ਕਰ ਰਿਹਾ ਜਾਂ ਤੇ ਉਹਨਾਂ ਦਾ ਇਹ ਕਿੜਾ ਨਹੀਂ ਮੰਨਦਾ ਜਾਂ ਇਹਨਾਂ ਨੇ ਉਹਨੂੰ ਝਾੜਿਆ ਨਹੀਂ ਸੋ ਇਸ ਕਰਕੇ ਅੱਜ ਮਜਬੂਰਨ ਮੈਨੂੰ ਇੱਥੇ ਬਹਿਣਾ ਪਿਆ ਆ ਔਰ ਉਨੀ ਦੇਰ ਤੱਕ ਬਹੂੰਗਾ ਜਿੰਨਾ ਚਿਰ ਇਹ ਐਸਐਚਓ ਦਾ ਹੁਣ ਲਾਜ ਨਾ ਹੋਇਆ ਨਹੀਂ ਇਹਨੇ ਇਹਨੇ ਜਿਹੜਾ ਮੇਰੇ ਨਾਲ ਮਿਸਭੇਵ ਕੀਤਾ ਅੰਦਰ ਮੇਰੇ ਨਾਲ ਗਲਤ ਬੋਲਿਆ ਜਿਦੇ ਕਾਰਨ ਬੜਾ ਵਧੀਆ ਮਾਹੌਲ ਚ ਡੀਐਸਪੀ ਸਾਹਿਬ ਆਏ ਸੀ ਮੈਂ ਕਿਹਾ ਜੀ ਉਹਨਾਂ ਨੂੰ ਸੱਦੋ ਆਪਾਂ ਬਹਿ ਕੇ ਮੈਂ ਸਾਰੀ ਲੋਕ ਬਾਹਰ ਰੱਖੇ ਈਵਨ ਐਮਸੀ ਹਾਂ ਤੱਕ ਨੂੰ ਕਿਹਾ ਤੁਸੀਂ ਵਿੱਚ ਨਹੀਂ ਬੋਲਣਾ ਅਸੀਂ ਹੁਣੇ ਬਹਿ ਕੇ ਇਹਨਾਂ ਦਾ ਕਰਾ ਲੈਨੇ ਆ ਨਾਲੇ ਪਤਾ ਲੱਗ ਜਾਊਗਾ ਮੈਨੂੰ ਵੀ ਕਿ ਇਹ ਗਲਤ ਹੈ ਜਾਂ ਉਹ ਲੇਡੀ ਗਲਤ ਹੈ ਪਤਾ ਲੱਗ ਜਾਏ ਇਨ ਬਿਟਵੀਨ ਇਹ ਡੀਐਸਪੀ ਸਾਹਿਬ ਮੌਕੇ ਤੇ ਬੈਠੇ ਉਹ ਜਦੋਂ ਫੋਨ ਆਇਆ ਬਾਹਰ ਗਏ ਆ ਉਸੇ ਬਿਟਵੀਨ ਹੀਟਿੰਗ ਆਰਗੂਮੈਂਟ ਮੇਰੇ ਨਾਲ ਕਰਨ ਲੱਗ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਸੱਚਾਈ ਸਾਹਮਣੇ ਆ ਜਣੀ ਹੈ ਸੀਨੀਅਰ ਅਫਸਰਾਂ ਦੇ ਤੇ ਮੇਰਾ ਤੇ ਅੱਗੇ ਬਹੁਤ ਵਾਰੀ ਸ਼ ਸੋ ਉਹਦੇ ਕਾਰਨ ਇਹਨੇ ਉਹ ਮਾਹੌਲ ਜਿਹੜਾ ਇਹ ਐਸ ਐਚਓ ਸਿਟੀ ਦੇ ਕਾਰਨ ਕ੍ਰੀਏਟ ਹੋਇਆ ਵੇਖੋ ਇਹ ਇਸੇ ਕਾਰਨ ਹੀ ਇੱਥੇ ਬਹਿਣਾ ਪਿਆ ਐਸ ਐਸਪੀ ਸਾਹਿਬ ਦੇ ਨਾਲ ਹੁਣ ਵੀ ਫੋਨ ਆਇਆ ਮੈਂ ਕਿਹਾ ਜੀ ਮੈਂ ਤੁਹਾਨੂੰ ਬਾਰ ਬਾਰ ਦੱਸ ਲਿਆ ਮੈਂ ਵੀ 2 ਲੱਖ ਬੰਦੇ ਦਾ ਨਮਾਇੰਦਾ ਦੂਜੀ ਵਾਰ ਚੁਣਿਆ ਜੀ ਇਸ ਬਦਲਾਅ ਦੀ ਨੇਰੀ ਚ ਚੁਣਿਆ ਤੇ ਮੇਰੇ ਕੋਲ ਕੁਝ ਭੱਲੇ ਆ ਮੈਂ ਕੋਈ ਕੰਮ ਕੀਤੇ ਆ ਮੈਂ ਲੋਕਾਂ ਚ ਖਲੋਣ ਵਾਲਾ ਬੰਦਾ ਤੇ ਸੋ ਇਸ ਕਰਕੇ ਆਪ ਦੇ ਐਸ ਐਚਓ ਨੂੰ ਇਹ ਵੈਰੀਫਾਈ ਕਰੋ ਵੀ ਇਹ ਕਿਉਂ ਗਲਤ ਬੋਲਿਆ ਅੰਦਰ ਕਿਹੜੀ ਗੱਲ ਦੇ ਵਿੱਚ ਇਹਦਾ ਕਿਹੜਾ ਅੰਦਰ ਅੰਦਰ ਕਿਹੜੀ ਚੀਜ਼ ਬੋਲਦੀ ਐ ਸੋ ਇਹ ਛੱਡੋ ਇਹ ਇਹ ਬੋਲਦੀਆਂ ਬਲਦੀਆਂ ਹੁੰਦੀਆਂ ਮੈਂ ਜੇ ਬੋਲਦਾ ਕੋਈ ਗੱਲ ਨਹੀਂ ਤਰਨਾ ਉਦੋਂ ਤੱਕ ਲੱਗੂਗਾ ਜਿੰਨਾ ਚਿਰ ਮੇਰਾ ਵਰਕਰ ਕਹੇਗਾ ਕਿ ਮੈਂ ਸੰਤੁਸ਼ਟਾ ਹਾਂ ਉਦੋਂ ਉਠੂੰ ਲਾਇਕ ਇੱਕ ਲੇਡੀ ਵੱਲੋਂ ਦਰਖਾਸਤ ਆਈ ਕਿ ਉਹਦੇ ਨਾਲ ਮਿਸਬੀਹਵ ਕੀਤਾ ਕਿਸੇ ਬੰਦੇ ਨੇ ਰਾਤ ਨੂੰ 1.5 ਵਜੇ ਜਿਹਦੇ ਸਬੰਧ ਦੇ ਵਿੱਚ ਸਾਡੇ ਕੋਲ ਰਿਟਨ ਦਰਖਾਸਤ ਆਈ ਜਿਹਦੇ ਸਬੰਧ ਦੇ ਵਿੱਚ ਉਸ ਜਿਹੜਾ ਦੋਸ਼ੀ ਬੰਦਾ ਪੰਮੀ ਪ੍ਰਧਾਨ ਉਹਨੂੰ ਉਹਨੂੰ ਸੱਦਨ ਜਦੋਂ ਗਈ ਆ ਪੁਲਿਸ ਪਾਰਟੀ ਨੋਟ ਕਰਾਉਣ ਗਈ ਆ ਉਸ ਤੋਂ ਬਾਅਦ ਉੱਥੇ ਹੀ ਇਕੱਠੇ ਹੋ ਗਏ ਸਾਰੇ ਜਣੇ ਇੱਥੇ ਐਮਐਲਏ ਸਾਹਿਬ ਵੀ ਆ ਗਏ ਨੇ ਜਦੋਂ ਐਸਐਚਓ ਸਿਟੀ ਵੀ ਇੱਥੇ ਮੈਂ ਵੀ ਇੱਥੇ ਆ ਉਹਦੇ ਵਿੱਚ ਜੋ ਜਿਹੜੀ ਲੇਡੀਆਂ ਆ ਰਹੀ ਸੀ ਆਪਣਾ ਬਿਆਨ ਲਿਖਾਉਣ ਉਸ ਦੌਰਾਨ ਹੀ ਇਹਨਾਂ ਦੀ ਤਲਕੀ ਹੋਈ ਹੈ ਹਾਂਜੀ ਇਹ ਗੀਤਾ ਭਵਨ ਮਹੱਲੇ ਹੋਇਆ ਜੀ ਕੋਈ ਫੰਕਸ਼ਨ ਸੀ ਜਿਹੜਾ ਖਤਮ ਹੋਇਆ ਉਹਦੇ ਤੋਂ ਬਾਅਦ ਕ੍ਰਿਸਮਸ ਦਾ ਫੰਕਸ਼ਨ ਸੀ ਜਿਹੜਾ ਖਤਮ ਹੋਇਆ ਉਸ ਤੋਂ ਬਾਅਦ ਉਸ ਲੇਡੀ ਨਾਮ ਇਸ ਬੇਬ ਅੰਦਰ ਦੀ ਵੀਡੀਓ ਇਹ ਕਢਾ ਰਹੇ ਆ ਅੰਦਰ ਸਾਡੇ ਕੋਲ ਹੈਗੀ ਆ ਵੀਡੀਓ ਰਿਕਾਰਡਿੰਗ ਹੈਗੀ ਆ ਉਹ ਰਿਕਾਰਡਿੰਗ ਕਢਾ ਰਹੇ ਆ ਵੇਖ ਰਹੇ ਆ ਕੋਈ ਇਹੋ ਜੀ ਗੱਲ ਕੋਈ ਨਹੀਂ ਵੈਸੇ ਬਿਆਨ ਦਰਜ ਕਰਕੇ ਉਹਦੀ ਅਗਲੀ ਕਾਰਵਾਈਆਂ ਬਚ ਲਿਆ ਰਹੇ ਕੀ ਕੁਝ ਕਹਿ ਬਿਆਨਾ ਚਾਹੀਦਾ ਬਿਆਨਾ ਜਿਹੋ ਉਹਨੇ ਕਿਹਾ ਵੀ ਮੈਨੂੰ 1.5 ਵਜੇ ਮੈਂ ਜਾ ਰਹੀ ਹਾਂ ਅਲੋਨ ਜਾ ਰਹੀ ਹਾਂ ਤੇ ਮੈਨੂੰ ਇੱਕ ਬੰਦਾ ਜਨਾ ਪੰਮੀ ਪ੍ਰਧਾਨ ਨਾਂ ਦਾ ਬੰਦਾ ਜਿਹਨੇ ਮੈਨੂੰ ਛੇੜਖਾਨੀ ਕੀਤੀ ਤੇ ਚਪੇੜ ਵੀ ਮਾਰੀ ਆ ਪਰਚਾ ਨਹੀਂ ਜੀ ਐਫ ਆਈ ਆਰ ਦਰਜ ਕਰਨਾ ਇਹ ਸੁਪਰੀਮ ਕੋਰਟ ਦੇ ਗਾਈਡਲਾਈਨਸ ਨੇ ਵੀ ਪਰਚਾ ਦਰਜ ਕਰਨਾ ਇਹ ਕਰਨਾ ਇਹ ਪੁਲਿਸ ਪਰਚਾ ਨਹੀਂ ਡਾਕ ਸਕਦੀ ਪਰਚਾ ਕਰਨਾ ਇਨਵੈਸਟੀਗੇਸ਼ਨ ਕਰਨਾ ਪੁਲਿਸ ਦੇ ਅੱਖ ਚ ਪਰਚਾ ਜਿਹੜੀ ਕੋਈ ਕੰਪਲੇਂਟ ਲਿਖਾਊਗੀ ਲੇਡੀ ਉਹਦੇ ਦੇਖਣ ਆਪਾਂ ਨੂੰ ਦਰਜ ਕਰਨਾ ਹੀ ਪਊਗਾ ਤਰਨਾ ਡੈਮੋਕਰੈਟਿਕ ਕੰਟਰੀ ਆ ਦਮਕ੍ਰੈਟਿਕ ਆਕਿਆ ਇਹਨਾਂ ਦਾ ਇਹਨਾਂ ਤਰ੍ਹਾਂ ਲਗਾਇਆ ਹੋਇਆ ਗੁਰਦਾਸਪੁਰ ਤੋਂ ਰਿਪੋਰਟਰ ਲਪਤੀ ਸਿੰਘ ਖੁਸ਼ੀਪੁਰ ਦੀ ਰਿਪੋਰਟ